पर के चीज सर, पर पर के चीज वुड फ्राई मशीन के साथ। अच्छा तो आप वुड फायर पिज्जा दे रहे हो, वो भी रोड साइड पे? पिज्जा वास्ते स्पेशल अपन अकार एक्सीलेंस अवार्ड मिला जी इंडियन गवर्नमेंट वालों। सी ओवन में जा रहा है, तो ये जा रहा भी अपना पिज्जा सिकने अंदर पकने के लिए जा रहा है वुड फायर ओवन में। अब ये होगा रेडी, कॉम्बो थोड़े वास्ते रेडी है, एक फ्रेश वेजी पिज्जा, दो वेज क्रिस्पी बर्गर ते दो कोक। भाई साहब आज आपको दिखाने वाले हैं दो इवनिंग स्नैक्स जो कि कहीं नहीं मिलेंगे, फर्स्ट टाइम है लुधियाना में, तो चलो चलें। हाँ जी भाजी, लुधियाने वाले वास्ते की तगड़ी ऑफर लाई है जी तुसी? सत श्री अकाल जी लुधियाने वालों नूं, लुधियाने वाले दे रहे हैं एक रेगुलर फ्रेश वेजी पिज्जा, दो वेज क्रिस्पी बर्गर ते दो कोक, सिर्फ सिर्फ 200 रुपए ਦੇ ਵਿੱਚ। ਸਿਰਫ 200 ਰੁਪਏ ਚ? ਸਿਰਫ 200 ਰੁਪਏ ਚ ਭਾਜੀ, ਸਿਰਫ 200 ਰੁਪਏ ਦੇ ਵਿੱਚ। ਸਾਨੂੰ ਵੀ ਭਾਜੀ ਫਿਰ ਲਗਾ ਕੇ ਦਿਖਾਓ ਆਪਣਾ। ਲਓ ਸਰ ਆ ਜਾਓ, ਹੁਣੇ ਖਵਾਨੇ ਸਰ ਤੁਹਾਨੂੰ, ਕਿਉਂ ਨਹੀਂ ਖਵਾਵਾਂਗੇ ਸਰ? ਬਿਲਕੁਲ ਫਰੈਸ਼ ਡੋ ਅਸੀਂ ਬਣਾ ਰਹੇ ਹਾਂ। ਹਾਂਜੀ, ਜਿਹੜਾ ਮੈਦਾ ਆ ਸਾਡਾ ਫਰੈਸ਼ਲੀ ਪ੍ਰਪੇਅਰਡ ਹੁੰਦਾ ਆ, ਡੇਲੀ ਬੇਸ ਤੇ ਅਸੀਂ ਆਪਣਾ ਡੋ ਤਿਆਰ ਕਰੀਦਾ ਆ ਜੀ ਇਹਦਾ, ਤੇ ਰੈਗੂਲਰ ਪੀਜ਼ੇ ਵਾਸਤੇ ਮੈਂ ਤਿਆਰ ਕਰ ਰਿਹਾ ਤੁਹਾਡੇ ਲਈ ਪੀਜ਼ਾ ਸਪੈਸ਼ਲੀ, ਆਪਣਾ ਫਰੈਸ਼ ਵੈਜੀ ਪੀਜ਼ਾ। ਇਹਦੇ ਵਿੱਚ ਜਾਂਦਾ ਸਰ ਅਨੀਅਨ, ਕੌਰਨ ਐਂਡ ਮਸ਼ਰੂਮ ਦੀ ਟੌਪਿੰਗ। ਇਹਦੇ ਵਿੱਚ ਸਰ ਮੀਲ ਦੇ ਵਿੱਚ ਇਦਾਂ ਵਾ, ਜੇ ਕੋਈ ਮਸ਼ਰੂਮ ਲਾਈਕ ਨਹੀਂ ਕਰਦਾ ਤਾਂ ਉਹਨੂੰ ਅਸੀਂ ਗੋਲਡਨ ਵੈਜ ਪੀਜ਼ਾ ਆਪਣਾ ਅਨੀਅਨ ਕੈਪਸੀਕਮ ਕੌਰਨ ਵਾਲਾ ਵੀ ਦੇ ਸਕਦੇ ਹਾਂ ਸਰ। ਯਾ ਦੇਖੋ ਜੀ, ਇਸ਼ਾਨ ਭਾਜੀ ਨੇ ਆਪਣਾ ਫਰੈਸ਼ ਡੋ ਇੱਥੇ ਤਿਆਰ ਕਰ ਲਿਆ ਜੀ, ਪੂਰਾ ਬੇਲ ਕੇ ਹੁਣ ਇਹਨੂੰ ਦੇ ਰਹੇ ਰੈਗੂਲਰ ਸਾਈਜ਼ ਦੀ ਸ਼ੇਪ ਸਰ। ਬਿਲਕੁਲ ਸਰ, 7 ਇੰਚ ਪੀਜ਼ਾ ਰੈਗੂਲਰ ਸਾਈਜ਼, 4 ਸਲਾਈਸ ਵੱਡੇ ਵੱਡੇ ਬਣਨਗੇ ਜੀ, ਤੇ ਯਮੀ ਹੋਊਗਾ ਪੀਜ਼ਾ ਪੂਰਾ, ਮਾਊਥ ਵਾਟਰਿੰਗ ਪੀਜ਼ਾ ਹੋਏਗਾ ਸਰ। ਹੁਣ ਜਾਊਗੀ ਸਰ ਇਹਦੇ ਉੱਤੇ ਪੀਜ਼ਾ ਸੌਸ। ਹੁਣ ਆ ਗਈ ਜੀ ਪੀਜ਼ਾ ਸੌਸ ਨਾਲ ਦੇ ਨਾਲ। ਭਾਜੀ ਮੈਂ ਦੇਖ ਰਿਹਾ ਤੁਸੀਂ ਇੱਥੇ ਸੌਸਾਂ ਬਹੁਤ ਰੱਖੀਆਂ ਹੋਈਆਂ, ਕਿਹੜੀ ਕਿਹੜੀ ਪਾਉਂਗੇ ਜੀ? ਸਰ ਇਹਦੇ ਵਿੱਚ ਲਿਕਵਿਡ ਚੀਜ਼ ਜਾਂਦਾ ਆ, ਮੋਜ਼ਰੇਲਾ ਚੀਜ਼ ਵੀ ਜਾਂਦਾ ਆ, ਫਿਰ ਫਰੈਸ਼ ਕੱਟੀਆਂ ਹੋਈਆਂ ਵੈਜੀਟੇਬਲਸ ਜਾਂਦੀਆਂ ਨੇ ਸਰ ਸਾਡੀਆਂ। ਕੀ ਬਾਤ ਹੈ ਜੀ, ਬਿਲਕੁਲ ਸਰ, ਲੱਛੇਦਾਰ ਪਿਆਜ਼ ਜਾਂਦਾ ਸਰ ਇਹਦੇ ਵਿੱਚ, ਫਰੈਸ਼ ਵੈਜੀਟੇਬਲ ਇੱਥੇ ਬਿਲਕੁਲ ਹਾਈਜੀਨਿਕ ਤਰੀਕੇ ਨਾਲ ਰੱਖੇ ਹੋਏ, ਤੁਹਾਨੂੰ ਕੁਝ ਵੀ ਇੱਥੇ ਗੰਦ ਨਜ਼ਰ ਨਹੀਂ ਆਊਗਾ ਕਾਊਂਟਰ ਤੇ ਸਰ। ਲੱਛੇਦਾਰ ਪਿਆਜ਼ ਪਾਨੇ ਆ ਅਸੀਂ, ਆ ਹੋ ਗਈਆਂ ਸਰ ਮਸ਼ਰੂਮਸ, ਮਸ਼ਰੂਮ ਦਾ ਕੌਣ ਨਹੀਂ ਦਿਵਾਨਾ ਸਰ। ਹੁਣ ਆ ਗਿਆ ਜੀ ਇੱਥੇ ਗ੍ਰੀਨ ਗ੍ਰੀਨ ਆਪਣਾ ਕੈਪਸਿਕਮ ਚੀਜ਼ ਪਾਉਣਾ, ਬਣਾਉਗੀ ਜੀ ਚੀਜ਼, ਲੋਟਸ ਆਫ ਚੀਜ਼ ਸਰ, ਆ ਦੇਖੋ ਪਰ ਪਰ ਕੇ ਚੀਜ਼ ਸਰ, ਪਰ ਪਰ ਕੇ ਚੀਜ਼। ਆ ਕਿਹੜੀ ਕੰਪਨੀ ਦੀ ਚੀਜ਼ ਹੈ ਸਰ? ਅਮੂਲ ਦੀ? ਇਹ ਸਰ ਅਮੂਲ ਦੀ ਚੀਜ਼ ਹੈ, ਡਾਈ ਚੀਜ਼, ਪ੍ਰੋਪਰ ਮੋਜ਼ਰੇਲਾ ਚੀਜ਼ ਅਸੀਂ ਵਰਤਦੇ ਹਾਂ। ਹਾਂਜੀ ਹਾਂਜੀ, ਹੁਣ ਸਰ ਇਹ ਓਵਨ 'ਚ ਜਾਏਗਾ ਪੀਜ਼ਾ ਆਪਣਾ। ਆ ਗਿਆ ਜੀ ਆਪਣਾ ਪੀਜ਼ਾ ਓਵਨ 'ਚ, ਫਰੈਸ਼ ਵੈਜੀ ਪੀਜ਼ਾ ਮੈਂ ਤੁਹਾਡੇ ਲਈ ਲਾ ਦਿੱਤਾ ਆ। ਹਾਂਜੀ, ਤੇ ਹੁਣ ਮੈਂ ਤੁਹਾਡੇ ਲਈ ਵੈਜ ਕ੍ਰਿਸਪਰ ਬਰਗਰ ਆਪਣਾ ਜਿਹੜਾ ਟੇਸਟੀ ਬਰਗਰ ਆ ਉਹ ਬਣਾਉਣ ਜਾ ਰਿਹਾ ਸਰ। ਦੇਖ ਲਓ ਜੀ ਹੁਣ ਆਪਣਾ ਵੈਜ ਕ੍ਰਿਸਪਰ, ਦੋ ਬਰਗਰ ਲੱਗਣ ਵਾਲੇ ਕਿਉਂਕਿ ਆਫਰ ਚਾਹੁੰਦੇ ਨੇ ਦੋ। ਹਾਂਜੀ ਦੋ ਬਰਗਰ, ਬਿਲਕੁਲ ਜੀ ਦੋ ਬਰਗਰ। ਇਹਦੇ ਵੀ ਸਰ ਅਸੀਂ ਚਿਪੋਤਲੇ ਸੌਸ ਚਾਹੁੰਦੀ ਹੈ ਤੁਹਾਡੀ। ਅੱਛਾ ਠੀਕ ਹੈ ਜੀ, ਤੇ ਇਹਦੇ ਵੀ ਤੁਹਾਨੂੰ ਆਪਣੀ ਬਰਗਰ ਮਾਇਓ ਆਨੀਅਨ ਲੈਟਸ ਦੀ ਟੌਪਿੰਗ ਵਿਦ ਹਰਬ ਚਿੱਲੀ ਟਿੱਕੀ ਦੇ ਨਾਲ ਪਾ ਕੇ ਦਿੰਨੇ ਆ। ਮਤਲਬ ਪੂਰਾ ਭਰ ਕੇ ਤੁਸੀਂ ਬਰਗਰ, ਪੂਰਾ ਭਰ ਕੇ ਸਰ, ਪੂਰਾ ਭਰ ਕੇ ਮਜ਼ੇਦਾਰ ਬਰਗਰ ਹੋਏਗਾ ਸਰ। ਕੀ ਬਾਤ, ਲੋ ਸਰ ਆਪਣੇ ਬਰਗਰ ਗ੍ਰਿਲ ਹੋ ਚੁੱਕੇ ਆ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ, ਪੂਰੇ ਐਂਡ ਗੋਲਡਨ ਗ੍ਰਿਲ। ਹੁਣ ਆ ਗਿਆ ਜੀ ਭਾਜੀ ਮੇਨ ਕਾਊਂਟਰ ਤੇ, ਨਾਲ ਸਰ ਦਾ ਆਰਡਰ ਲੱਗਦਾ ਪਿਆ ਇੱਥੇ ਸਬਜ਼ ਦਾ, ਤੇ ਹੁਣ ਆਪਣੇ ਅਸੀਂ ਲਾਣਗੇ ਜੀ ਆਫਰ। ਆ ਪਹਿਲਾਂ ਤੁਹਾਡੇ ਲਈ ਜਾਊਗੀ ਆਪਣੀ ਸਿਗਨੇਚਰ ਸੌਸ ਸਰ, ਸਿਗਨੇਚਰ ਸੌਸ ਆ ਗਈ ਹੈ ਜੀ ਆਪਣੀ ਸ਼ਾਨ ਪੀਜ਼ਾ ਬਾਰ ਦੀ, ਇਹਨੂੰ ਅਸੀਂ ਵੈਸੇ ਆਪਣਾ ਕੰਟਰੀ ਸੌਸ ਨਾਮ ਰੱਖਿਆ ਹੋਇਆ ਇਹਦੇ ਵਾਸਤੇ। ਅੱਛਾ ਹਾਂਜੀ, ਇਹਨੂੰ ਅਸੀਂ ਕੰਟਰੀ ਸੌਸ ਕਹਿੰਦੇ ਆ ਜੀ, ਆਪਣੀ ਕੰਟਰੀ ਮੇਡ ਇਨ ਇੰਡੀਆ ਦਾ ਸੌਸ ਹੈ। ਯੈਸ ਸਰ, ਯੈਸ ਸਰ, ਯੈਸ। ਕੀ ਬਾਤ ਹੈ, ਕਿਉਂਕਿ ਸਰ ਆਪਾਂ ਪੰਜਾਬੀ ਬੰਦੇ ਆ, ਤੜਕਾ ਫੜਕਾ ਖਾਣ ਵਾਲੇ। ਹਾਂਜੀ, ਤੇ ਇਹ ਸੌਸ ਵੀ ਤੁਹਾਨੂੰ ਸਪਾਈਸੀ ਟੱਚ ਦਿੰਦੀ ਹੈ ਸਰ। ਕੀ ਬਾਤ ਹੈ, ਆ ਲੇਟਸ ਜਾ ਰਹੀ ਹੈ ਸਰ, ਪਰ ਪਰ ਕੇ ਲੇਟਸ ਜੀ ਆਪਣੇ ਅਨੀਅਨਸ। ਹੁਣ ਆ ਗਏ ਜੀ ਲੇਟਸ, ਪਾ ਰਹੇ ਹਾਂ ਸਰ ਇਹਦੇ ਵਿੱਚ ਤੁਹਾਡੇ ਲਈ, ਬਿਲਕੁਲ ਫਰੈਸ਼ ਲੇਟਸ ਹੈ ਇੱਥੇ ਦੇਖ ਸਕਦੇ ਹੋ ਤੁਸੀਂ। ਕ੍ਰਿਸਪੀ ਪੈਟੀ ਇਹ ਆ ਗਈ ਜੀ ਆਪਣੀ, ਪੂਰੀ ਫੁੱਲ ਕ੍ਰਿਸਪੀ ਪੈਟੀ। ਇਸ ਤੋਂ ਉੱਪਰ ਇੱਕ ਟੌਮ ਮਾਇਓ, ਇਹਨਾਂ ਦੇ ਟੌਮ ਮਾਇਓ ਨਾਮ ਰੱਖਿਆ ਦਾ ਸੀ। ਅੱਛਾ, ਇਹ ਚ ਕੀ ਹੁੰਦਾ ਸਰ? ਇਹ ਸਰ ਬੇਸਿਕ ਟੋਮੈਟੋ ਬੇਸ ਸੌਸ ਹੈਗੀ ਆ। ਅੱਛਾ, ਇੱਕ ਟੇਸਟ ਨੂੰ ਬੈਲੈਂਸ ਕਰ ਦਿੰਦੀ ਆ ਸਰ। ਲਾਲ ਹੋ ਗਿਆ ਜੀ ਆਪਣਾ ਬਰਗਰ ਰੈਪ, ਨਾਲ ਆਫਰ ਦੇ ਇਲਾਵਾ ਸਰ ਭਾਜੀ ਕੋਲ ਬਹੁਤ ਸਮਾਨ ਹੁੰਦਾ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਸਰ। ਇਹ ਸਰ ਆਪਣਾ ਆਲੂ ਰੈਪ ਰੈਡੀ ਹੋ ਰਿਹਾ, ਆਲੂ ਰੈਪ ਰੈਡੀ ਹੋ ਰਿਹਾ ਜੀ, ਫੁੱਲ ਲਾਈਨ 'ਚ ਚੱਲਦਾ ਸਰ ਕੰਮ, ਹੈ ਨਾ ਜੀ? ਬਿਲਕੁਲ ਜੀ, ਬਿਲਕੁਲ ਬਿਲਕੁਲ। ਸਰ ਲਓ, ਇਸ਼ਾਨ ਪੀਜ਼ਾ ਬਾਰ ਦਾ ਕੋਂਬੋ ਤੁਹਾਡੇ ਵਾਸਤੇ ਰੈਡੀ ਆ, ਇੱਕ ਫਰੈਸ਼ ਵੈਜੀ ਪੀਜ਼ਾ, ਦੋ ਵੈਜ ਕ੍ਰਿਸਪੀ ਬਰਗਰ ਤੇ ਦੋ ਕੋਕਸ, ਓਨਲੀ ਐਂਡ ਓਨਲੀ 200 ਰੁਪਏ ਦੇ ਵਿੱਚ, 200 ਰੁਪਏ ਜੀ ਲੁਧਿਆਣੇ ਵਾਲੇ ਵਾਸਤੇ ਜੀ। ਭਾਈ ਤੁਸੀਂ ਲੁਧਿਆਣੇ ਵਾਲੇ, ਅਸੀਂ ਆਪਣਾ ਸਪੈਸ਼ਲ 200 ਵਾਲਾ ਆਫਰ ਤਾਂ ਦਿਖਾਤਾ, ਤੇ ਬੇਵਰੇਜਸ 'ਚ ਵੀ ਸਪੈਸ਼ਲ ਹੈਗਾ ਤੁਹਾਡੇ ਕੋਲ? ਆਫਰ ਤਾਂ ਸਰ ਤੁਹਾਨੂੰ ਅਸੀਂ ਦੇ ਦਿੱਤੀ ਆ। ਹਾਂਜੀ, ਬੇਵਰੇਜ ਵਿੱਚ ਮੈਂ ਤੁਹਾਨੂੰ ਆਪਣਾ ਸਪੈਸ਼ਲ ਕੇਕ ਸ਼ੇਕ, ਬਲੈਕ ਫੋਰੈਸਟ ਕੇਕ ਸ਼ੇਕ ਦੇ ਰਿਹਾ ਸਰ, ਜਿਹੜਾ ਲੁਧਿਆਣੇ ਤੁਹਾਨੂੰ ਕਿਤੇ ਵੀ ਨਹੀਂ ਮਿਲੇਗਾ ਸਰ ਪੀਣ ਵਿੱਚ, ਸਪੈਸ਼ਲੀ ਸ਼ਾਨ ਪੀਜ਼ਾ ਬਾਰ ਤੇ ਸੁਨੀਲ ਦੇ ਹੱਥ ਦਾ ਮਿਲੇਗਾ ਸਰ, ਜਿਹੜੀ ਕਿ ਸਾਡੀ ਜਿਹਦੇ ਵਿੱਚ ਸਾਡੀ ਪੇਸਟਰੀ ਜਾਂਦੀ ਉਹ ਵੀ ਸਾਡੀ ਇਨ ਹਾਊਸ ਖੁਦ ਬਣਾਉਂਦੇ ਆ ਸਰ ਅਸੀਂ। ਦਿਖਾਓ ਭਾਜੀ ਫਿਰ ਇੱਕ ਵਾਰ। ਲਓ ਸਰ ਰੈਡੀ ਆ ਸਰ। ਆ ਦੇਖੋ ਜੀ, ਇਹ ਹੈਗੀ ਆਪਣੀ ਬਲੈਕ ਫੋਰੈਸਟ ਪੇਸਟਰੀ, ਹੈ ਨਾ ਜੀ, 100% ਐਗਲੈਸ ਪੇਸਟਰੀ ਹੈ ਸਰ। ਪੇਸਟਰੀ ਆਪਣੀ ਆ ਗਈ ਹੈ, ਪੇਸਟਰੀ ਵਿੱਚ ਪੈ ਗਈ ਹੈ ਸਰ, ਇਹਦੇ ਵਿੱਚ ਥੋੜਾ ਜਿਹਾ ਇਹਦੇ ਵਿੱਚ ਐਡ ਕਰਾਂਗੇ ਆਪਾਂ ਹਲਕਾ ਜਿਹਾ ਚਾਕਲੇਟ ਸਿਰਪ। ਹੋਣ ਲੱਗਾ ਜੀ ਇਹ ਬਲੈਂਡ। ਲਓ ਭਾਜੀ ਤੁਹਾਡੇ ਲਈ ਰੈਡੀ ਆ ਸਾਡਾ ਬਲੈਕ ਫੋਰੈਸਟ ਕੇਕ ਸ਼ੇਕ, ਫੁੱਲ ਆਫ ਚਾਕਲੇਟ, ਫੁੱਲ ਆਫ ਕੇਕਸ। ਅਸੀਂ ਆ ਚੁੱਕੇ ਹਾਂ ਸ਼ਾਨ ਪੀਜ਼ਾ ਬਾਰ ਤੇ, ਆਪਣਾ ਆ ਚੁੱਕਾ 200 ਵਾਲਾ ਆਫਰ। ਭਾਜੀ ਆਫਰ ਦੱਸੋ ਇੱਕ ਵਾਰੀ। ਆਫਰ ਤੁਹਾਨੂੰ ਦੇ ਰਹੇ ਆਪਾਂ ਫਰੈਸ਼ ਵੈਜੀ ਪੀਜ਼ਾ ਰੈਗੂਲਰ ਸਾਈਜ਼, ਤੇ ਦੋ ਆਪਾਂ ਦੇ ਰਹੇ ਹਾਂ ਵੈਜ ਕ੍ਰਿਸਪੀ ਬਰਗਰ, ਤੇ ਦੋ ਕੋਕਸ, ਸਿਰਫ 200 ਰੁਪਏ ਚ ਲੁਧਿਆਣਾ ਵਾਲਾ ਵਾਸਤੇ। ਸਿਰਫ 200 ਰੁਪਏ ਚ, ਤੇ ਨਾਲ ਭਾਜੀ ਕੋਲ ਅਵਾਰਡ ਵੀ ਹੈਗੇ ਫਰੈਸ਼ ਦੋ ਪੀਜ਼ਾ ਬਣਾਉਣ ਸੇ, ਹੈ ਨਾ? ਪੀਜ਼ਾ ਵਾਸਤੇ ਸਪੈਸ਼ਲ ਆਪਾਂ ਨੂੰ ਅਕਾਰ ਐਕਸੀਲੈਂਸ ਅਵਾਰਡ ਮਿਲਿਆ ਜੀ ਇੰਡੀਅਨ ਗਵਰਨਮੈਂਟ।
साथ में इसके कोक भी मिलती है, दो कोक मिलती है ऑफर में। बेसिकली है एक पिज़्ज़ा, दो वेज क्रिस्पी बर्गर और साथ में दो कोक, वो भी सिर्फ 200 रुपीज़ में। और हमें स्पेशल रिक्वेस्ट पे ऑफर के अलावा साथ में अपना लगवाया अपना ब्लैक फॉरेस्ट केक शेक। अब इसको भी देते हैं ट्राई लुधियाना में, मैंने कभी केक शेक देखा तो नहीं है पर इसको ट्राई देते हैं। हर सिप में ब्लैक फॉरेस्ट का टेस्ट आ रहा है, बहुत ही चॉकलेटी है, मतलब मेरे को तो बहुत पसंद आया। लोकेशन है इसकी मायानगर गुरुद्वारे के बिल्कुल सामने, रोज गार्डन रोड लुधियाना। तो अब हम आगे अमृताज वुड फायर पिज्जा पे, जो कि रंजीत भैया चला रहे हैं, इनके भांजे के नाम पे इन्होंने नाम रखा है। 99 रुपीज़ का दे रहे हैं पिज्जा, 8 इंच का होता है फ्रेश डो में और वो भी वुड फायर रोड साइड पे। नमस्ते रंजीत भैया, क्या हाल है जी? बढ़िया सर। सर आपने क्या शुरू कर दिया लुधियाना में? अब सर हमारा फ्रेश डो पिज्जा है। अच्छा, विद वुड फ्राई मशीन के साथ। अच्छा, तो आप वुड फायर पिज्जा दे रहे हो वो भी रोड साइड पे? यस सर। तो ये कैसे पॉसिबल हुआ सर? न्यू कॉन्सेप्ट है, स्टार्ट किया है, बाकी अच्छा। आगे देखते हैं। और पहले क्या करते रहे सर आप? सर जॉब ही कर रहे थे पहले। अच्छा, जॉब कर रहे थे। हाँ जी। तो सर आइडिया कहाँ से आया वुड फायर पिज्जा स्टार्ट करने का? मतलब घर में बनाने का शौक था? मतलब शौक भी था एंड कुछ स्टार्ट भी करना था। तो अभी कौन कौन से ऑप्शन है आपके पास? वेज पिज्जा, चीज कॉर्न पिज्जा, मार्गरेटा, चीज एंड चिली, मतलब जितने पिज्जा आइटम है ना, कस्टमर डिपेंडेड है कितने बढ़ाने कितने घटाने। सर मैं देख रहा था आपकी कार्ड पे 99 रुपीज़ लिखा हुआ है। यस सर। उसका मतलब आप सारे पिज्जा 99 में दे रहे हो? यस सर। तो आप देख सकते हो अभी रंजीत भैया फ्रेश डो बना रहे हैं यहाँ पे, कॉर्नफ्लोर आ गया ताकि थोड़ा चिपके ना, उसके बाद इस पे आएंगी टॉपिंग्स। सर बेस आप थिन क्रस्ट चूज करेंगे या फिर नॉर्मल? अच्छा, इसमें भी ऑप्शन है हमारे पास, थिन क्रस्ट ही चूज करूंगा। तो अगर किसी को स्टफ क्रस्ट चाहिए तो आप वो भी दे देते। सर ने आटे को पूरा गूंद के इसको प्रॉपर पिज्जा की शेप में ढाल दिया है। तो ये गया जी हमारा थिन क्रस्ट वाला बेस सीधा वुड फायर पिज्जा के ओवन में। और ये इनका स्ट्रीट साइड पे सेटअप है, ये रही इनकी कार्ड अमृताज वुड फायर पिज्जा। तो सर आपका नाम तो रंजीत है, तो अमृताज वुड फायर पिज्जा कहाँ से आया? सर ये मेरी भांजी के नाम पे स्टार्ट है। अच्छा, आपने अपने भांजी के प्यार आपको तो उनके नाम पे आपने स्टार्ट कराई? हाँ जी। तो उनको भी पिज्जा खाना पसंद है सर? हाँ जी सर। ये हमारा पिज्जा हाफ डन हो चुका है अभी। ओके, तो वरना थिन क्रस्ट पिज्जा बेस अभी हाफ डन हो चुका है ना सर? हाँ। अब होगी इस पे मेन कलाकारी, जो जो आपको टॉपिंग्स चाहिए वो इस पे ऐड होती जाएंगी, है ना? हाँ जी। सबसे पहले आगे सर की पिज्जा सॉस। हाँ जी सर। ये मैं देख रहा सर अभी आप खुद बना रहे थे। यस सर। तो क्या क्या मिक्स करते हैं सर आप इसमें? सर सीक्रेट रेसिपी है। सीक्रेट इंग्रेडिएंट्स है? हाँ जी सर। क्या बात है जी, सर अपने सीक्रेट मसाले यूज करके सर ने अभी सॉस बनाई है ये वाली, और ये पिज्जा पे लगती जा रही है पूरी जानदार। पिज्जा बेस अपना सॉस से पूरा भर चुका है। अब आ गई जी लिक्विड चीज। सर लिक्विड चीज आ चुकी है, वो भी वीवा कंपनी की। तो आप देख सकते हो क्वालिटी का पूरा ध्यान रखा है सर ने। ये डल रहा भाई, इस पे तो गोला बन गया पूरा। अब चीज है सर, ये पनीर है? सर चीज है ये। अब आ गया जी श्रेडेड चीज, ये कौन सी कंपनी की यूज करते हो सर? अल्टीमेट सर। अब आ रही है जी अपने पिज्जा पे टॉपिंग्स। तो सर मेरे लिए कौन सा पिज्जा लगा रहे हैं आप? सर मिक्स वेज। अभी लग रहा है जी मिक्स वेज पिज्जा, जो कि है मेरा फेवरेट, बेसिक ही सबसे पसंद आता भाई मेरे को। तो कैप्सिकम आ गया, येलो बेल पेपर आ गया, रेड बेल पेपर आ गया, साथ में आ गया जी थोड़ा सा अनियन। अब दोबारा इस पे शेडेड चीज की होने वाली है बारिश। ये हो गया जी पूरा टॉप लोड। अब क्या आ गया सर? सीजनिंग सर। अच्छा, सीजनिंग्स आ गई अपने ऑरिगेनो और चिली फ्लेक्स, आप पहले ही ऊपर स्टार्टिंग में डाल देते हो, है ना, थोड़े फ्लेवर के लिए। और ये क्या है सर? ऑलिव्स। ऑलिव्स, ओके, ब्लैक ऑलिव्स। देख सकते हो भाई अपना 100 रुपीज़ का पिज्जा है और उसके ऊपर सर ने पहले इतनी टॉपिंग्स डाली थी, अब ब्लैक ऑलिव्स भी इस पे आ चुके हैं। सी ओवन में जा रहा है। तो ये जा रहा है अपना पिज्जा सिकने अंदर, पकने के लिए जा रहा है वुड फायर ओवन में। अब ये होगा रेडी। की टाइमिंग्स क्या होती है यहाँ पे? सर नॉर्मल टाइमिंग हमारी 6 to 10 o'clock की है अभी। अच्छा, टाइमिंग थोड़ी शॉर्ट करेंगे, 5 o'clock से आएंगे यहाँ पे। तो आ गया भाई अपना 99 रुपीज़ का रंजीत भैया का मिक्स वेजिटेबल पिज्जा। तो अब इसको करते हैं ट्राई, इसके ऊपर भाई चीज पुल देख लो, वुड फायर पिज्जा है बिल्कुल, अभी अभी ओवन से आया बाहर, चीज इसमें लबालब है। अब इसको करते हैं ट्राई। ओ भाई, ओहो, एंड गल बात है भाई, अत लेवल की चीज़ है ये। तो अगर आपको भी ये ट्राई करना है तो इसकी लोकेशन है सगु चौक PAU रोड Gate No. 3 के बिल्कुल पास में। तो मिलते हैं आपसे अगली वीडियो में, तब तक के लिए वादा करो नशा ना पियो ना खाओ, रब राखा, चाओ।